सरदार फुलविंदर सिंह जी, हुण मैं आप जी नूं एक यह गल पुछनी चाहुंदा वां। तुसीं एक यह कहा वा भई अपनी ड्यूटी दे दौरान 29 साल दी सर्विस दे विच तुसीं उदों क्यों नहीं बोले? हुण ध्यान दे नाल सुण लै। पहली तां गल तेरी यह आ, तूं जिहड़ा मैनूं पहला सवाल कीता सीगा भई महिला प्रधान आ, ते उहनूं आख के एक एडवोकेट राहीं तूं अपनी बदली कराई। पहली गल तुसीं आ सत्कार करदे जो अपने प्रधानां दा है, जदों श्रोमणी अकाली दल दे नाल अटैच ही उदों तुसीं सत्कारयोग बीबी जगीर कौर कहिंदे सी, ते अज बीबी जगीर कौर क्यों नहीं तुसीं कहिंदे? हैं, अज उहदा मैं नां नहीं लैणा। इह ताडी फितरत आ। बीबी जगीर कौर रागी सिंघां दा बहुत माण सत्कार करदी सी, असीं अज वी उहनां दा सत्कार करदे बीबी जगीर कौर दा। ਉਹ ਸਾਨੂੰ ਇਹ ਬੀਬੀ ਜਗੀਰ ਕੌਰ ਕਹਿੰਦੀ ਸਾਡਾ ਭਾਈਚਾਰਾ ਵਾ। ਨੰਬਰ 2 ਦੇ ਉੱਤੇ ਤੂੰ ਆਹ ਨਾ ਵੀ ਇਹ ਬੋਲੇ ਨੀ ਆਪਣੀ ਡਿਊਟੀ ਦੇ ਦੌਰਾਨ, ਧਿਆਨ ਦੇ ਨਾਲ ਸੁਣ ਲਾ। ਉਦੋਂ ਭਾਈ ਬਲਵੀਰ ਸਿੰਘ ਮੈਨੇਜਰ ਹੁੰਦੇ ਸੀਗੇ, ਤੇ ਦਾਸ ਨੂੰ ਪਤਾ ਲੱਗਾ ਸੀ ਜਦੋਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਰਕਟ ਸ਼ਾਰਟ ਹੋ ਗਿਆ ਸੀ ਪੱਖੇ ਦਾ, ਤੇ 14-15 ਸਰੂਪ ਬਿਰਧ ਸਰੂਪ ਪੁਰਾਤਨ ਉਹ ਸੜ ਗਏ ਸੀਗੇ, ਤੇ ਕਿਸੇ ਨੂੰ ਪਤਾ ਨਹੀਂ ਲੱਗਾ, ਤੇ ਮੈਨੂੰ ਪਤਾ ਲੱਗ ਗਿਆ ਸੀਗਾ। ਤੇ ਹੁਣ ਮੈਂ ਡਿਊਟੀ ਦੇ ਦੌਰਾਨ ਜੇ ਮੈਂ ਰੌਲਾ ਪਾਉਂਦਾ ਹਾਂ ਤੇ ਇਹ ਮੇਰਾ ਨੁਕਸਾਨ ਕਰਦੇ ਸੀ। ਮੈਂ ਫਿਰ ਹੋਰ ਨਹੀਂ ਕੁਛ, ਤੇ ਇੱਕ ਲਾਗੇ ਦੁਕਾਨ ਸੀਗੀ, ਉਹਦੇ ਸੰਬੰਧ ਸੀਗੇ ਪੱਤਰਕਾਰਾਂ ਦੇ ਨਾਲ, ਮੈਂ ਉਹਦੇ ਕੋਲ ਜਾ ਕੇ ਤੇ ਉਹਨੂੰ ਲਿਖ ਕੇ ਦਿੱਤਾ ਵੀ ਆਹ ਖਬਰ ਲਵਾਓ। ਚਲੋ, ਉਸ ਦੁਕਾਨਦਾਰ ਦੇ ਅੰਦਰ ਖਾਤੇ, ਉਹਦੇ ਨਾਲ ਭਾਈ ਬਲਬੀਰ ਸਿੰਘ ਜਿਹੜਾ ਮੈਨੇਜਰ ਸੀਗਾ ਉਹਦੇ ਨਾਲ ਸੰਬੰਧ ਸੀਗੇ, ਉਹਨੇ ਉਹਨੂੰ ਮੇਰਾ ਜਿਹੜਾ ਲਿਖਿਆ ਡਰਾਫਟ ਦੇ ਦਿੱਤਾ ਸੀ, ਤੇ ਬਲਬੀਰ ਸਿੰਘ ਨੇ ਮੇਰੀਆਂ ਡਿਊਟੀਆਂ, ਉਦੋਂ ਵੀ ਮੇਰੀਆਂ ਬ੍ਰਾਡਕਾਸਟ ਦੀਆਂ ਡਿਊਟੀਆਂ ਕੱਟ ਦਿੱਤੀਆਂ ਸੀਗੀਆਂ। ਤੇ ਉਸ ਤੋਂ ਬਾਅਦ ਪੰਜ ਪਿਆਰਿਆਂ ਦਾ ਜਦੋਂ ਰੌਲਾ ਪਿਆ, ਪੰਜ ਪਿਆਰੇ ਤੁਸੀਂ ਨਜਾਇਜ਼ ਕੱਢੇ, ਭਾਈ ਮੇਜਰ ਸਿੰਘ ਜੀ, ਭਾਈ ਸਤਨਾਮ ਸਿੰਘ ਜੀ ਖੰਡਾ, ਇਹ ਜਿਹੜੇ ਪੰਜ ਤੁਸੀਂ ਨਜਾਇਜ਼ ਕੱਢੇ ਸੀਗੇ, ਉਦੋਂ ਵੀ ਮੈਂ ਨਾਲ ਖੜਿਆ ਹਾਂ, ਪੂਰਾ ਨਾਲ ਉਹਨਾਂ ਦੇ ਨਾਲ ਖੜਿਆ ਹਾਂ। ਫਿਰ ਜਦੋਂ ਤੁਹਾਡੇ ਮੈਨੇਜਰਾਂ ਦੇ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਕੀਰਤਪੁਰ ਸਾਹਿਬ ਮੀਟ ਸ਼ਰਾਬ ਖਾਧੇ, ਤੇ ਉਹਨੇ ਪਾਠੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਉਲਟੀਆਂ ਕੀਤੀਆਂ, ਉਦੋਂ ਅਸੀਂ ਡਿਊਟੀ ਦੇ ਦੌਰਾਨ ਰਹਿੰਦੇ ਹਾਂ, ਭਾਈ ਵਡਾਲਾ ਜੀ ਤੇ ਦਾਸ ਨੇ ਅਸੀਂ ਪੂਰੇ ਜ਼ੋਰ ਦੀ ਮਾਮਲਾ ਚੁੱਕਿਆ ਸੀਗਾ, ਤੇ ਉਦੋਂ ਭਾਈ ਵਡਾਲਾ ਜੀ ਨੂੰ ਤੁਸੀਂ ਇੱਥੋਂ ਧਮਤਾਨ ਸਾਹਿਬ ਬਦਲ ਕੇ ਤੇ ਉਹਨੂੰ ਬਰਖਾਸਤ ਕਰ ਦਿੱਤਾ ਸੀਗਾ। ਅਸੀਂ ਡਿਊਟੀ ਦੇ ਦੌਰਾਨ ਜਿਹੜੀ ਵੀ ਤੁਹਾਡੀ ਊਣਤਾਈ ਹੁੰਦੀ ਸੀ ਅਸੀਂ ਹਰ ਇੱਕ ਗੱਲ ਨੂੰ ਵਾਚ ਕਰਦੇ ਹਾਂ, ਤੇ ਹਰ ਇੱਕ ਗੱਲ ਦਾ ਪਰਦਾ ਖੋਲਦੇ ਸਾਂ। ਤੁਹਾਡੀ ਜ਼ਰੂਰਤ ਨਹੀਂ ਸਾਨੂੰ ਇੱਥੋਂ ਬਦਲਣ ਦੀ। ਤੂੰ ਆਹਨਾ ਵੀ ਮਤਲਬ ਆਪਣੀ ਡਿਊਟੀ ਦੇ ਦੌਰਾਨ ਨਹੀਂ ਬੋਲੇ, ਤੇ ਇਹੋ ਜਿਹੀਆਂ ਗੱਲਾਂ ਤੂੰ ਜਦੋਂ ਤੈਨੂੰ ਗਿਆਨ ਨਹੀਂ ਸਾਡੇ ਬਾਰੇ ਭਈ ਇਹ ਕੌਣ ਲੋਕ ਆ, ਤਾਂ ਤੂੰ ਫੜ ਕੇ ਫਾਈਲ ਫੜ ਕੇ ਤੇ ਡਹਿ ਪਿਆ ਮੇਰੇ ਸਤਿਕਾਰਯੋਗ ਤੋਂ ਹੀ ਬੜੇ ਜੋ, ਨਾਲੇ ਤੂੰ ਸਾਡੀ ਬੇਇੱਜ਼ਤੀ ਕਰਦਾ ਵਾ ਤੇ ਨਾਲੇ ਸਤਿਕਾਰਯੋਗ ਜੋ ਤੂੰ ਆਪ ਆਪਣਾ ਤੂੰ ਸਕੂਲ ਦਾ ਕੰਮ ਵੇਖ, ਤੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਣ ਕੇ ਮੋਹਰੇ ਲੱਗ ਕੇ ਤੇ ਆਪਣੀਆਂ ਵੀਡੀਓ ਪਾ ਕੇ ਤੇ ਤੂੰ ਮੁਲਾਜ਼ਮਾਂ ਦੀਆਂ ਕਰਦਾ ਵਾ, ਮੁਲਾਜ਼ਮਾਂ ਦੇ ਬਾਰੇ ਪਹਿਲਾਂ ਘੋਖ ਕਰ ਲਿਆ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਪਲਿਆਂ ਸੰਬੰਧੀ ਇੱਕ ਦੋ ਪੋਸਟਾਂ ਪਈਆਂ ਸੀਗੀਆਂ, ਤੋ ਉਹ ਤੋਂ ਬਖਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਫੁਲਵਿੰਦਰਪਾਲ ਸਿੰਘ ਪ੍ਰਿੰਸੀਪਲ ਆ ਜੋ ਸਤਲਾਣੀ ਸਾਹਿਬ ਕਾਲਜ ਦਾ ਵਾ, ਉਹਦੇ ਰਾਹੀਂ ਮੇਰੀ 29 ਸਾਲ ਦੀ ਸਰਵਿਸ ਦੇ ਦੌਰਾਨ ਮੇਰੀਆਂ ਊਣਤਾਈਆਂ ਉਹਨੇ ਜਾਰੀ ਕੀਤੀਆਂ ਵਾ, ਸੁਣਾਈਆਂ ਸੰਗਤ ਨੂੰ, ਤੇ ਉਹਨਾਂ ਦੇ ਬਾਰੇ ਦੇ ਵਿੱਚ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਇਕੱਲੀ ਇਕੱਲੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਵਾਂ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਇਹ ਦੱਸਣਾ ਚਾਹੁੰਦਾ ਵਾਂ, ਮੈਂ ਉਸ ਨਗਰ ਦਾ ਵਾਂ ਜਿਸ ਨਗਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 4 ਵਾਰ ਸਾਡੇ ਪੁਰਖਿਆਂ ਦੇ ਕੋਲ ਆਈ ਆ। ਜਥੇਦਾਰ ਊਧਮ ਸਿੰਘ 2 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ।
एक बार वो जथेदार श्री अकाल तख्त साहब रहे, एक बार वो श्रोमणी अकाली दल दे प्रधान रहे, जथेदार मोहन सिंह नागो के 18 साल लगातार श्री अकाल तख्त साहब दे जथेदार रहे, एक बार श्रोमणी गुरुद्वारा प्रबंधक कमेटी दे प्रधान रहे। एक समा ऐसा सी जदों चार अहुदे नागो के पिंड दे विच सी, नागो के पिंड दे विच, नागो के दा जिहड़ा खून आ वह गदार नहीं गा, सिख कौम नूं समर्पित आ। उस टाइम दे उत्ते जथेदार ऊधम सिंह श्रोमणी अकाली दल दे प्रधान सी ते श्रोमणी कमेटी दे भी प्रधान सी। उस टाइम दे उत्ते जथेदार श्री अकाल तख्त साहब, जथेदार मोहन सिंह नागो के ते जनरल सकत्तर श्रोमणी अकाली दल दे ज्ञानी करतार सिंह लायलपुरी सी, ओ भी नागो क्या दे आ, ये साडे पुरखे आ। हाली होर भी हैगे आ, सरदार सुखजिंदर सिंह जी खेरा जेडे साबका विद्या मंत्री आ, ओ भी साडे नागो के पिंड दी शख्सियत आ। ते होर दसा सब दा धर्म युद्ध मोर्चे का सब तो पहला शहीद शहीद भाई कुलवंत सिंह नागो के दरबार साहब कल्लू घारे का लास्ट अखीरला शहीद भाई मेजर सिंह नागो के, भाई सविंदर सिंह नागो के, भाई बलविंदर सिंह नागो के, भाई गुरमुख सिंह नागो के, भाई गुरमेज सिंह नागो के, भाई ज्ञान सिंह नागो के, गुरबचने नरकधारी नूं सोधा लाउण वाले तीन, भाई ज्ञान सिंह नागो के ओ मेहमान सी साडे पिंड दा, भाई लखा सिंह नागो के, भाई मेजर सिंह नागो के, ये साडे भरा ए सीगे नाल भाई रणजीत सोहना दे, भाई काबल सोहना, इन्हां पंजां सिंघां ने गुरबचने नरकधारी दा सोधा ला के सिख कौम दा सिर उच्चा कीता ही। उस नगर दा दास आ सुखविंदर सिंह नागो के, हजूरी रागी श्री दरबार साहब, मैं अपना संगत नूं दसना नहीं सी चाहुंदा, मैनूं 40 साल हो गए आ, अज तक मैं संगत नूं ए नहीं चानना पाया भई मेरा पिछला किरदार की आ, मैं कौन सी, पर अज तुसी मेरे मेरी फाइल फोली है ना, उहदा मैं कल्ला कल्ला जवाब दऊंगा तुहानूं। मैं पंजाब पुलिस दे विच सर्विस करदा सी जदों धर्म युद्ध मोर्चा लगा, संत जरनैल सिंह जी हुणां दा साथ देण वास्ते असी इक्के दिन जनरल लाभ सिंह जी ते दास असी इक्के दिन संतां को पहुंचे सां। जनरल लाभ सिंह जी इत्थों आ गए सीगे, मैं रोपड़ तों आ गया सीगा, इक्के दिन असी अखीर तक 5 जून की रात तक अही कल्लू घर दे विच सारा जो कुछ वापरिया अही उत्थों तक अपनी सेवावां जिन्नी जोगे हैगे हां निभाईयां। गल बहुत लंबी चौड़ी हो जांदी है, मैं तेरी गल दा यह जवाब देण लगा वा। तू सब तो पहलों आख्या भाई करोड़ करोड़ के साबका हजूरी रागी, पहली तो गल ए आ रागी कदी साबका नहीं हुंदा। मैं अज भी कीर्तन करदा वा प्रोफेसर साहब, तुसी कॉलेज दे प्रोफेसर, पहली तो गल श्रोमणी गुरुद्वारा प्रबंधक कमेटी नूं उन्हां दे कोल कोई उन्हां दा कोई मीडिया सलाहकार नहीं सीगा, उन्हां को कोई बुलारा है नहीं सी, मेरी मेरी पर्सनल फाइल तेरे राही दसण वास्ते तू एक सतलाणी साहब दा उत्थों दा प्रिंसीपल आ, अपने आप नूं कहिंदा तू प्रिंसीपल, तेनू फाइल ही नहीं पढ़नी आई। पहली तो गल ए तू पहली गल मेरे ने मेरे बारे बोलिया वा भई महिला प्रधान सी ते शहीदां साहब तो तू किसे वकील की सिफारिश करके ते अपनी बदली कराई श्री दरबार साहब, पहली गल तेरी ए झूठ आ। मैनू सरदार उजागर सिंह रंगरेटा जी जदों प्रेजीडेंट ही उन्हां ने भर्ती कीता सी ते मैं सहायक रागी दी ड्यूटी श्री दरबार साहब तरन तारन उत्थे कीती आ, मैं मैनू तरन तारन साहब तों
ਜਥੇਦਾਰ ਮੇਜਰ ਸਿੰਘ ਉੱਬੋ ਕੇ ਨੇ ਜਦੋਂ ਉਹ ਪ੍ਰਧਾਨ ਸੀਗੇ ਉਹਨਾਂ ਨੇ ਮੇਰੀ ਬਦਲੀ ਸ੍ਰੀ ਦਰਬਾਰ ਸਾਹਿਬ ਕੀਤੀ ਆ। ਪਹਿਲੀ ਤਾਂ ਗੱਲ ਤੇਰੀ ਇਹ ਝੂਠ ਨਿਕਲੀ ਹੋ। ਨੰਬਰ ਦੋ, ਤੂੰ 4192 ਨੂੰ ਕਿਹਾ ਵਾ ਕਿਸੇ ਹੋਰ ਰਾਗੀ ਨੂੰ ਡਿਊਟੀ ਜਥੇ ਦੇ ਦੌਰਾਨ ਵਟਾਈ ਸੀ। ਰਾਗੀ ਜਥੇ ਅੱਜ ਵੀ ਡਿਊਟੀਆਂ ਆਪਸ ਦੇ ਵਿੱਚ ਬਦਲਾ ਲੈਂਦੇ ਆ, ਕਿਸੇ ਨੂੰ ਕੋਈ ਕੰਮ ਪੈ ਗਿਆ ਜਾਂ ਕਿਸੇ ਨੂੰ ਕੋਈ ਬਿਮਾਰ ਹੋ ਗਿਆ, ਇੱਕ ਦੂਜੇ ਨੂੰ ਆਖਿਆ ਭਾਈ, ਦੂਸਰੇ ਰਾਗੀ ਸਿੰਘ ਨੂੰ ਆਖਿਆ ਭਾਈ ਤੂੰ ਮੇਰੀ ਕਰ ਦੇ ਮੈਂ ਤੇਰੀ ਕਰ ਦਾਂਗਾ। ਇਸ ਦੌਰਾਨ ਤੂੰ ਇਹ ਗੱਲ ਕੀਤੀ ਹੈ ਭਾਈ ਮੈਨੂੰ 20 ਰੁਪਈਏ ਜੁਰਮਾਨਾ ਹੋਇਆ ਸੀਗਾ, ਤੇ ਫਿਰ ਤੂੰ ਅਗਲੀ ਗੱਲ ਮੇਰੇ ਤੇ ਇਹ ਗੱਲ ਕੀਤੀ ਆ ਭਾਈ 21/10/98 ਨੂੰ ਆਪਣੀ ਡਿਊਟੀ ਕਿਸੇ ਹੋਰ ਜਥੇ ਤੋਂ ਕਰਵਾਈ ਸੀਗੀ। ਦੂਸਰੀ ਵਾਰ ਫਿਰ ਉਦੋਂ ਜਥੇਦਾਰ ਸਿੰਘ ਸਾਹਿਬ ਜੋਗਿੰਦਰ ਸਿੰਘ ਵਿਧਾਂਤੀ ਸਾਹਿਬ ਨੇ ਮੈਨੂੰ ਕਿਹਾ ਭਾਈ ਆਹ ਰਾਗੀ ਜਥਾ ਆਇਆ ਵਾ ਸੁਖਵਿੰਦਰ ਸਿੰਘ, ਇਹਨੂੰ ਅੱਜ ਡਿਊਟੀ ਕਰ ਲੈਣ ਦਿਓ। ਤੇ ਮੈਂ ਕਿਹਾ ਸਿੰਘ ਸਾਹਿਬ ਜੀ, ਸਿੰਘ ਸਾਹਿਬਾਂ ਦਾ ਕਿਹਾ ਤੇ ਅਸੀਂ ਮੋੜ ਨਹੀਂ ਸਕਦੇ। ਦਰਅਸਲ ਗੱਲ ਇਸ ਤਰ੍ਹਾਂ ਹੀ, ਉਸ ਸਮੇਂ ਗਿਆਨੀ ਜੋਗਿੰਦਰ ਸਿੰਘ ਵਿਧਾਂਤੀ ਤੇ ਹੈੱਡ ਗ੍ਰੰਥੀ ਸੀਗੀ ਗਿਆਨੀ ਮੋਹਨ ਸਿੰਘ ਜੀ, ਤੇ ਉਹਨਾਂ ਦੇ ਆਪਸੀ ਤਲਾਕਾਤ ਥੋੜੇ ਜੇ ਠੀਕ ਨਹੀਂ ਸੀ, ਤੇ ਉਹਨਾਂ ਦੀ ਡਿਊਟੀ ਆ ਗਈ ਗਿਆਨੀ ਮੋਹਨ ਸਿੰਘ ਹੋਣਾ ਦੀ, ਉਹ ਰਾਗੀ ਜਥਾ ਕੀਰਤਨ ਕਰਨ ਡਿਆ ਸੀ, ਮੈਂ ਉਹਨਾਂ ਦੇ ਕਹਿਣ ਦੇ ਉੱਤੇ ਬਿਠਾ ਦਿੱਤਾ। ਤੇ ਉਹਨਾਂ ਗਿਆਨੀ ਮੋਹਨ ਸਿੰਘ ਨੇ ਆਖਿਆ ਵੀ ਇਹ ਡਿਊਟੀ ਕਿਹਦੀ ਸੀਗੀ, ਉਹਨਾਂ ਆਖਿਆ ਭਾਈ ਸੁਖਵਿੰਦਰ ਸਿੰਘ ਦੀ, ਉਹਨਾਂ ਮੇਰੀ ਗੈਰ ਹਾਜ਼ਰੀ ਹੈੱਡ ਗ੍ਰੰਥੀ ਸਾਹਿਬ ਨੇ ਲਾ ਦਿੱਤੀ। ਉਹ ਕਹਿੰਦੇ ਹੈੱਡ ਗ੍ਰੰਥੀ ਮੈਂ ਆ, ਜੋਗਿੰਦਰ ਸਿੰਘ ਉਹ ਥੋੜਾ ਹੈੱਡ ਗ੍ਰੰਥੀ ਆ, ਉਹ ਇਹਨਾਂ ਸਿੰਘ ਸਾਹਿਬਾਂ ਦੀ ਆਪਸੀ ਤਾਲਮੇਲ ਕਰਕੇ ਉਹਦੇ ਵਿੱਚ ਮੇਰੀ ਗੈਰ ਹਾਜ਼ਰੀ ਲਾ ਦਿੱਤੀ, ਤੇ ਉਹਦੇ ਵਿੱਚ ਮੈਨੂੰ ਇਹਨਾਂ ਨੇ 100 ਰੁਪਈਆ ਜੁਰਮਾਨਾ ਕੀਤਾ ਸੀਗਾ। ਦੂਸਰਾ, ਤੂੰ ਮੁਅੱਤਲ ਕਰਨ ਦੀਆਂ ਜਿਹੜੀਆਂ ਆਖਿਆ ਨਾ ਰਸੀਦ ਦੀਆਂ 2 ਪਰਤਾਂ ਗਾਇਬ ਸਨ, ਸਾਧ ਸੰਗਤ ਜੀ ਮੈਂ ਬੇਨਤੀ ਕਰਦਾ ਵਾਂ ਮਹਾਰਾਜ ਕਿਰਪਾ ਕਰੇ ਸਾਰਿਆਂ ਦੇ ਬੱਚੇ ਚੜ੍ਹਦੀ ਕਲਾ ਦੇ ਵਿੱਚ ਹੋਣ। ਮੇਰਾ ਇੱਕ ਬੱਚਾ ਉਹ ਅਬਨੋਰਮਲ ਆ, ਮੈਂ ਕੀਰਤਨ ਪ੍ਰੋਗਰਾਮ ਕਰਕੇ ਆਇਆ, ਪ੍ਰੇਮੀ ਮੈਨੂੰ ਘਰ ਛੱਡਣ ਆਏ ਤੇ ਉਸ ਦਿਨ ਮੀਂਹ ਪੈਂਦਾ ਸੀ ਤੇ ਰਸੀਦ ਬੁੱਕ ਸੀ ਘਰ। ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਬੈਠੋ, ਡਰਾਇੰਗ ਰੂਮ ਦੇ ਵਿੱਚ ਬਿਠਾਇਆ, ਉਹ ਰਸੀਦ ਬੁੱਕ ਜਦੋਂ ਉਹਨਾਂ ਨੂੰ ਰਸੀਦ ਕੱਟ ਕੇ ਦਿੱਤੀ ਉਹਦੇ ਥੱਲੇ ਕਾਰਬਨ ਲਾਇਆ। ਉਹ ਮੇਰਾ ਜਿਹੜਾ ਛੋਟਾ ਬੱਚਾ ਸੀ ਉਹ ਨਾਲ ਵੇਖ ਰਿਹਾ ਸੀਗਾ, ਉਹਨੇ ਕੀ ਕੀਤਾ ਉਸੇ ਤਰ੍ਹਾਂ ਹੀ ਜਦੋਂ ਮੈਂ ਉਹਨੂੰ ਰਸੀਦ ਕੱਟ ਕੇ ਤੇ ਪਾੜ ਦੇਈਦੀ ਆ, ਉਹਨੇ ਬੱਚੇ ਨੇ ਕੀ ਕੀਤਾ ਉਸੇ ਤਰ੍ਹਾਂ ਮੇਰੀ ਗੈਰ ਹਾਜ਼ਰੀ ਦੇ ਵਿੱਚ ਉਹ ਰਸੀਦ ਬੁੱਕ ਫੜੀ, ਉਹ ਕਾਰਬਨ ਥੱਲੇ ਲਾਇਆ ਤੇ ਦੋਨੋਂ ਪਰਤਾਂ ਉਹਨੇ ਪਾੜ ਦਿੱਤੀਆਂ। ਉਹ ਮੈਂ ਫਿਰ ਦਫ਼ਤਰ ਜਾ ਕੇ ਦੱਸਿਆ, ਇਹਨਾਂ ਨੇ ਮੈਨੂੰ ਹੋਰ ਨਹੀਂ ਕੁਛ ਕੀਤਾ ਤੇ ਮੈਨੂੰ ਮੁਅੱਤਲ ਕਰ ਦਿੱਤਾ। ਉਹ ਮੁਅੱਤਲ ਕਰ ਦਿੱਤਾ ਤੇ ਉਦੋਂ ਕੀਰਤਨ ਸਬ ਕਮੇਟੀ ਬੈਠੀ ਮਹੀਨੇ ਬਾਅਦ, ਤੇ ਉਦੋਂ ਸਬ ਕਮੇਟੀ ਦੇ ਵਿੱਚ ਇਹ ਫੈਸਲਾ ਹੋਇਆ ਵੀ ਇਹਨਾਂ ਨੂੰ ਜੁਰਮਾਨਾ ਲਾ ਕੇ ਤੇ ਬਹਾਲ ਕਰ ਦਿਓ। ਉਦੋਂ ਸਰਦਾਰ ਹਰਬੇਅੰਤ ਸਿੰਘ ਸਕੱਤਰ ਹੁੰਦੇ ਸੀ, ਹਰਬੇਅੰਤ ਸਿੰਘ ਸਕੱਤਰ ਕਹਿੰਦਾ ਇਹ ਸਾਮੀ ਬੜੀ ਮੋਟੀ ਆ, ਇਹਨੂੰ 51,000 ਲਾਓ ਇਹਨੂੰ ਜੁਰਮਾਨਾ। ਉਦੋਂ ਸਰਦਾਰ ਭੁਪਿੰਦਰ ਸਿੰਘ ਅਸੰਧ ਮੈਂਬਰ ਸੀਗੇ ਉਹ ਸਬ ਕਮੇਟੀ ਦੇ ਵਿੱਚ, ਉਹਨਾਂ ਆਖਿਆ ਬੱਚੇ ਨੇ ਗਲਤੀ ਕੀਤੀ ਆ ਤੇ ਤੁਸੀਂ 500 ਰੁਪਈਆ ਲਾ ਕੇ ਉਹਨੂੰ ਬਹਾਲ ਕਰੋ। ਤੇ ਇਹਨਾਂ ਨੇ ਫੇਰ ਵੀ ਇਹ ਜਿਹੜੇ ਅਧਿਕਾਰੀ ਆ ਨਾ ਸਾਡੇ, ਇਹਨਾਂ ਨੇ ਕੀ ਕੀਤਾ ਵਾ 5,500 ਰੁਪਈਆ ਮੈਨੂੰ ਉਦੋਂ ਪਾ ਦਿੱਤਾ ਤੇ ਮੈਨੂੰ ਉਦੋਂ ਬਹਾਲ ਕੀਤਾ। ਮੁੜ ਕੇ 2013 ਦੇ ਵਿੱਚ 11-12 ਵਾਲੀ ਡਿਊਟੀ ਦੇ ਉੱਤੇ ਸਹਾਇਕ ਰਾਗੀ ਛੁੱਟੀ ਤੇ ਹੀ ਆਉਂਦੇ, 4 ਦਿਨ ਦੀ ਛੁੱਟੀ ਤੇ ਹੀ, ਤੇ ਤੁਸੀਂ ਆਪਣੇ ਸਹਾਇਕ ਦਾ ਪ੍ਰਬੰਧ ਕਿਉਂ ਨਹੀਂ ਕਰਕੇ ਆਏ? ਸਾਧ ਸੰਗਤ ਜੀ, ਉਹ ਸਹਾਇਕ ਰਾਗੀ ਛੁੱਟੀ ਤੇ ਨਹੀਂ ਸੀ, ਉਹ ਸਹਾਇਕ ਰਾਗੀ ਇੰਚਾਰਜ ਦੇ ਨਾਲ ਗੱਲ ਕਰਕੇ ਤੇ ਉਹਨੂੰ ਆਖਿਆ ਵੀ ਮੈਨੂੰ ਕੋਈ ਜ਼ਰੂਰੀ ਕੰਮ ਆ ਤੇ ਮੈਂ ਜਾਣਾ ਵਾਂ। ਉਹ ਆਪਣੀ ਹਾਜ਼ਰੀ ਲਾ ਦਿੰਦਾ ਸੀਗਾ ਤੇ ਚੱਲ ਜਾਂਦਾ ਸੀਗਾ। ਉਹ ਜਦੋਂ ਮੈਨੂੰ ਡਿਊਟੀ ਦਿੱਤੀ, 11-12 ਵਾਲੀ ਡਿਊਟੀ ਦਿੱਤੀ, ਤੇ ਮੰਮੀ ਪਹਿਲਾਂ ਦਰਸ਼ਨੀ ਡੇਅਰੀ ਦੇ ਵਿੱਚ ਆਣ ਕੇ ਮੈਂ ਹਾਜ਼ਰੀ ਲਾਈ ਤੇ ਜਦੋਂ ਵੇਖਿਆ ਮੇਰੇ ਸਹਾਇਕ ਦੀ ਵੀ ਹਾਜ਼ਰੀ ਲੱਗੀ ਆ, ਮੈਂ ਕਿਹਾ ਵੀ ਉਹਨੇ ਆ ਜਾਣਾ ਵਾ, ਅਸੀਂ ਆਪੋ ਆਪਣੇ ਘਰਾਂ ਦੇ ਵਿੱਚੋਂ ਆਉਂਦੇ ਹਾਂ। ਉਹ ਮੇਰਾ ਸਹਾਇਕ ਨਾ ਆਇਆ ਤੇ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਚਲੋ 5 ਕੁ ਮਿੰਟ ਬਾਅਦ ਇੰਚਾਰਜ ਨੇ ਦੂਸਰੇ ਜਥਾ ਜਿਹੜਾ ਉੱਠ ਕੇ ਗਿਆ ਸੀ ਉਹ ਸਹਾਇਕ ਨੂੰ ਭੇਜ ਦਿੱਤਾ, ਡਿਊਟੀ ਹੋ ਗਈ।
पूरी हो गई। बाद दे विच इन्हां ने इंचार्ज ने की कीता वा, वह जिथे उन्हें हाजरियां लाईया ही ना, उन्हों जिन्हों छुट्टी कर दे उहदे ते शिक्षा पा दिता, वह डबलिंग हो गई। अज भी तुसी रजिस्टर करवा कढ़वा के वेख लो, चार शिक्षे पाए छुट्टी वह करके। ते मैं मैनू जो पता लगा, मैनू एक रागी अपना तबले आला सिंह सीगा, उन्हें आख्या यह तेरे ना फरेब करन डे आ, ते जान बुझ के इन्हां ने तेरा नुकसान करना वा, ते जाके तू वेख रजिस्टर दे विच जाके। मैं रजिस्टर खोलिया ते उहदी डबलिंग होई सीगी। मैं एक मिनट दे विच अपने मोबाइल दे नाल फोटो खिंच ली, ते इंचार्ज ने मेरे हाथों रजिस्टर फड़ लिया। मैं हो गया काम, मैं फोटो ले ली आ, मैं जाके उहदी कापी कढ़ा के, मैं हाली इन्हां ने मैनूं मुअत्तल कीता सी, दो दिन बाद ही मक्कड़ साहब दे कोल मैं चल गया। मैं जी आ असल कहानी आ, ते इन्हां जान बुझ के यह काम इंचार्ज दा हुंदा वा, जे छुट्टी ते जावे बंदा इंचार्ज ने लाउणा हुंदा वा, अहीं नहीं अपना प्रबंध करना हुंदा, इस करके मैनूं इन्हां ने मुअत्तल कीता सी। आ कुछ मेरी आ हिस्टरी, ते मुड़ के आखण डिया वा भई इहनूं रिटायर कर दिता, तुसी तुसी इह जिहड़े मुल्क दा खाईए उहदा बुरा नहीं तकीदा। तू गाणिआं दे जो मैनूं प्रमाण देण डिया वा, मैं श्रोमणी गुरद्वारा प्रबंधक कमेटी साडे पुरखियां ने इन्हां ने आजाद करवाई आ, जैतों दे मोर्चे दे विच जहेदार मोहन सिंह नागो के अगे हो के जथा लिखे गए सीगे, जदों जहेदार अकाल तख्त साहिब सीगे, ते श्रोमणी कमेटी वास्ते साडी जान हाजर आ। अज भी जदों श्रोमणी कमेटी दे विच ऐसे ताडे अरगे भ्रिष्ट लोग बैठे होण ना, ते उदों इहो कुछ ही हुंदा वा। हुण सच सच बोलना बड़ा औखा वा, सारे बंदे सच नहीं बोलदे। मैं दूसरे अपने भरावां सारिआं नूं इह याद करवाउणा चाहुंदा वा भई जे सच ना बोलोगे ते इक दिन ऐसा श्रोमणी कमेटी ते कम भारा पै जूगा, तुसी रोओगे, तुसी तरसोगे। सिख कौम नूं वी चाहीदा वा भई अज वेला वा इन्हां भ्रिष्ट लोकां नूं कढ़न दा, इह ठीक प्रबंध नहीं कर रहे, इह बड़ियां ऊणताइयां इन्हां दे विच। साध संगत जी मैं ज्यादा कुछ तो कहिंदा नहीं गा, इहदा जवाब मैं आ दिंदा वा। इह जिहड़ा वा फुलविंदर सिंह आ, कोई प्रिंसीपल सतलाणी साहब दा, पहली तो गल इहनूं इह फाइल मेरी दित्ती क्यों श्रोमणी गुरद्वारा प्रबंधक कमेटी ने? श्रोमणी गुरद्वारा प्रबंधक कमेटी दे सैकटरी कित्थे गए ने? आउण सामने ते आउण, मेरे नाल गल करन, बोल के दसण भी मेरे च किहड़ियां ऊणताइयां सीगियां इत्थे, फिर मैं उहनां दा जवाब दवां, उहनां दा भी दसां भी तुसीं की करदे जो। वाहिगुरू जी का खालसा, वाहिगुरू जी की फतह।